ਸਰ ਮੈਨੂੰ ਬਹੁਤ ਖੁਸ਼ੀ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕੈਪਟਨ ਸਾਹਿਬ ਦਾ ਕਿਉਂਕਿ ਇਹ ਸਮਾਰਟਫੋਨ ਜਿਹੜਾ ਦਿੱਤਾ ਨਾ ਇਹਦੇ ਵਿੱਚ ਸਭ ਕੁਝ ਚੱਲਦਾ ਗਾਣੇ ਵੀ ਚੱਲਣਗੇ ਦੇਖੋ ਜਿਹੜਾ ਮੈਂ ਪਹਿਲਾਂ ਇੱਕ ਨਾ ਕੈਪਟਨ ਸਾਹਿਬ ਨੂੰ ਫੋਨ ਕਰਕੇ ਧੰਨਵਾਦ ਦੇ ਦਵਾਂ ਉਹਨਾਂ ਦਾ ਉਹਨਾਂ ਨੇ ਮੈਨੂੰ ਸਮਾਰਟਫੋਨ ਦਿੱਤਾ ਜਿੱਦਾਂ ਭਾਈ ਸਾਹਿਬ ਦੇ ਥਰੂ ਆਇਆ ਜਾਂ ਜੋ ਵੀ ਹੈ ਮੈਂ ਇੱਕ ਨੰਬਰ ਲਾਈਕ ਕਰਨਾ ਸਤਿ ਸ਼੍ਰੀ ਅਕਾਲ ਕੈਪਟਨ ਸਾਹਿਬ ਕੈਪਟਨ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਨਾ ਸਮਾਰਟਫੋਨ ਵੰਡਣ ਦਾ 2017 ਇਲੈਕਸ਼ਨਾਂ ਦੇ ਵਿੱਚ ਤੁਸੀਂ ਤਾਂ ਚਲੋ ਕਰ ਨਹੀਂ ਸਕੇ ਸਾਡੇ ਭਾਈ ਸਾਹਿਬ ਨੇ ਅੱਜ ਨਾ ਸਾਨੂੰ ਸਮਾਰਟਫੋਨ ਦਿੱਤਾ ਤੇ ਮੈਨੂੰ ਇੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਇਹਦੇ ਵਿੱਚ ਗਾਣੇ ਵੀ ਚੱਲਦੇ ਨੇ ਹੋਰ ਵੀ ਸਾਰਾ ਕੁਛ ਹੁਣ ਮੈਨੂੰ ਉਮੀਦ ਹੈਗੀ ਕਿ ਕਿਉਂਕਿ ਮੈਂ ਬੇਰੋਜ਼ਗਾਰ ਹਾਂ ਤੇ ਮੈਨੂੰ ਇਹ ਹੈ ਕਿ ਤੁਸੀਂ ਉਹ ਨੌਕਰੀ ਦਾ ਵੀ ਵਾਅਦਾ ਕੀਤਾ ਸੀਗਾ ਕੈਪਟਨ ਸਾਹਿਬ ਨੇ ਤੇ ਮੈਨੂੰ ਇਹ ਤੁਸੀਂ ਆਹ ਫੋਨ ਤੇ ਮੈਨੂੰ ਫੋਨ ਕਰਕੇ ਨੌਕਰੀ ਵੀ ਦਿਲਾਓਗੇ ਸੋ ਕੈਪਟਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹੀ ਆਸ ਕਰੂੰਗਾ ਕਿ ਤੁਸੀਂ ਇੱਦਾਂ ਹੀ ਸਾਡਾ ਜਿਹੜੇ ਨੌਜਵਾਨ ਨੇ ਹੈਗੇ ਨੇ ਉਹਨਾਂ ਦੀ ਇੱਛਾ ਪੂਰੀਆਂ ਕਰੋ ਜੋ ਵੀ ਹੈ ਮੈਂ ਤੁਹਾਡਾ ਬਹੁਤ ਕੈਪਟਨ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕੈਪਟਨ ਸਰਕਾਰ ਆਪਣੇ ਵਾਅਦਿਆਂ ਕਰਕੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕੈਪਟਨ ਸਰਕਾਰ ਨੇ ਚੋਣਾਂ ਦੇ ਵਿੱਚ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤਾ ਜਾਊਗਾ ਪਰ 3 ਸਾਲ ਕਰੀਬ ਹੋਣ ਵਾਲੇ ਨੇ ਉਹਨਾਂ ਦੀ ਸਰਕਾਰ ਨੂੰ ਕੋਈ ਗੱਲ ਨੀ ਕੋਈ ਧੱਕਾ ਮੁੱਕੀ ਨੀ ਕਰੇਗਾ ਆਪਾਂ ਜੀ ਨੂੰ ਮੁੱਠਾ ਕਰੋ ਜੀ ਪੰਜਾਬ ਸਰਕਾਰ